ਆ 3 ਤਰੀਕ ਤੱਕ ਦੀ ਆਪਣੇ ਕੋਲ ਪਰਮਿਸ਼ਨ ਹੈਗੀ ਆ ਮਾਈਨਿੰਗ ਦੀ ਸ਼ਿਫਟ ਕਰਨ ਦੀ। ਅਤੇ ਆ ਰਾਲਟੀ ਵਾਲੇ ਵੀਰ ਖੜ੍ਹੇ ਆ, ਉਦਣੇ ਵੀ ਆਪਣੀਆਂ ਟਰਾਲੀਆਂ ਫੜੀਆਂ ਪਹਿਲਾਂ, ਅਤੇ ਉਦਣੇ ASI ਸਾਹਿਬ ਨੇ ਛੱਡਤੀਆਂ ਟਰਾਲੀਆਂ, ਸਾਰਾ ਦੇਖ ਕੇ ਆਪਣੇ ਕਾਗਜ਼ ਪੱਤਰ, ਅਤੇ ਉਹਨਾਂ ਨੇ ਬਕਾਇਦਾ ਲਿਖ ਕੇ ਵੀ ਦੇਤਾ ਵੀ ਇਹਨਾਂ ਕੋਲ ਪਰਮਿਸ਼ਨ ਹੈਗੀ ਇਹਨਾਂ ਨੂੰ ਚਲਾਉਣ ਦਿਉ। ਪਰ ਫਿਰ ਵੀ ਆਹ ਦੇਖ ਲਓ, ਅੱਜ ਤਰੀਕ ਹੈਗੀ ਆ, ਸਾਨੂੰ ਹਰਾਸ਼ ਕੀਤਾ ਜਾ ਰਿਹਾ। ਆਹ ਮਾੜਾ ਦੇਖੋ, ਆਹ ਧੱਕੇ ਨਾਲ ਬਾਈ ਟਿੱਪਰ ਲੈ ਕੇ ਜਾਣ ਲੱਗਿਆ ਥਾਣੇ ਨੂੰ, ਕਿਹਾ ਵੀ ਪੁਲਿਸ ਵਾਲਿਆਂ ਨੂੰ ਬੁਲਾ ਲਾ, ਪਰ ਇਹ ਬੰਦਾ ਮੰਨਦਾ ਨਹੀਂ ਜੀ। ਦੇਖੋ ਇਹਨੇ ਮੇਰੇ ਨਾਲ ਵੀ ਬਹੁਤ ਧੱਕਾ ਮੁੱਕੀ ਜੀ। ਟਿੱਪਰ ਟਰਾਲੀ ਐਸੋਸੀਏਸ਼ਨ ਵੱਲੋਂ ਅੱਜ ਲੁਧਿਆਣੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ, ਜਿਸ ਦੇ ਵਿੱਚ ਉਹਨਾਂ ਨੇ ਰਾਤ ਦੇ ਸਮੇਂ ਅਣਪਛਾਤੇ ਲੋਕਾਂ ਵੱਲੋਂ ਰੋਕ ਕੇ ਗੁੰਡਾ ਟੈਕਸ ਵਸੂਲੀ ਦੇ ਦੋਸ਼ ਲਗਾਏ ਹਨ। ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਪੈਸੇ ਨਾ ਦੇਣ ਤਾਂ ਉਹਨਾਂ ਦੇ ਵਰਕਰ ਦੇ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਹੈ ਅਤੇ ਉਹਨਾਂ ਦੀਆਂ ਗੱਡੀਆਂ ਥਾਣੇ ਬੰਦ ਕਰਵਾ ਦਿੱਤੀਆਂ ਜਾਂਦੀਆਂ ਹਨ ਅਤੇ ਉਹਨਾਂ ਨਾਲ ਸਮਝੌਤਾ ਕਰਨ ਦਾ ਦਬਾਅ ਵੀ ਬਣਾਇਆ ਜਾਂਦਾ ਹੈ, ਜਿਸ ਕਾਰਨ ਉਹ ਅੱਜ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਦੀ ਮੰਗ ਕਰਨ ਆਏ ਹਨ। ਉੱਥੇ ADCP ਲੁਧਿਆਣਾ ਨੇ ਕਿਹਾ ਕਿ ਟਿੱਪਰ ਟਰਾਲੀ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਕੁਝ ਵੀਡੀਓ ਵੀ ਦਿੱਤੀ ਗਈ ਹਨ ਜਿਸ ਦੇ ਆਧਾਰ 'ਤੇ ਉਹ ਜਾਂਚ ਕਰਵਾ ਰਹੇ ਹਨ ਅਤੇ ਕੁਝ ਅਣਪਛਾਤੇ ਵਿਅਕਤੀ ਹਨ ਜੋ ਉਹਨਾਂ ਤੋਂ ਵਸੂਲੀ ਕਰ ਰਹੇ ਹਨ, ਜਿਸ ਦੇ ਖਿਲਾਫ਼ ਪੁਲਿਸ ਨੂੰ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਆਹ 3 ਤਰੀਕ ਤੱਕ ਦੀ ਆਪਣੇ ਕੋਲ ਪਰਮਿਸ਼ਨ ਹੈਗੀ ਆ ਮਾਈਨਿੰਗ ਦੀ ਸ਼ਿਫਟ ਕਰਨ ਦੀ। ਅਤੇ ਆਹ ਰਾਲਟੀ ਵਾਲੇ ਵੀਰ ਖੜ੍ਹੇ ਆ, ਉਦਣੇ ਵੀ ਆਪਣੀਆਂ ਟਰਾਲੀਆਂ ਫੜੀਆਂ ਪਹਿਲਾਂ, ਅਤੇ ਉਦਣੇ ASI ਸਾਹਿਬ ਨੇ ਛੱਡਤੀਆਂ ਟਰਾਲੀਆਂ, ਸਾਰਾ ਦੇਖ ਕੇ ਆਪਣੇ ਕਾਗਜ਼ ਪੱਤਰ, ਅਤੇ ਉਹਨਾਂ ਨੇ ਬਕਾਇਦਾ ਲਿਖ ਕੇ ਵੀ ਦੇਤਾ ਵੀ ਇਹਨਾਂ ਕੋਲ ਪਰਮਿਸ਼ਨ ਹੈਗੀ ਇਹਨਾਂ ਨੂੰ ਚਲਾਉਣ ਦਿਉ। ਪਰ ਫਿਰ ਵੀ ਆਹ ਦੇਖ ਲਓ, ਅੱਜ ਤਰੀਕ ਹੈਗੀ ਆ, ਸਾਨੂੰ ਹਰਾਸ਼ ਕੀਤਾ ਜਾ ਰਿਹਾ। ਆਹ ਮਾੜਾ ਦੇਖੋ, ਆਹ ਧੱਕੇ ਨਾਲ ਬਾਈ ਟਿੱਪਰ ਲੈ ਕੇ ਜਾਣ ਲੱਗਿਆ ਥਾਣੇ ਨੂੰ, ਕਿਹਾ ਵੀ ਪੁਲਿਸ ਵਾਲਿਆਂ ਨੂੰ ਬੁਲਾ ਲਾ, ਪਰ ਇਹ ਬੰਦਾ ਮੰਨਦਾ ਨਹੀਂ ਜੀ। ਦੇਖੋ ਇਹਨੇ ਮੇਰੇ ਨਾਲ ਵੀ ਬਹੁਤ ਧੱਕਾ ਮੁੱਕੀ ਜੀ। ਮੇਰਾ ਨਾਮ ਭਗਵਾਨ ਸਿੰਘ ਹੈ ਜੀ। ਅਸੀਂ ਜੀ ਇਹ ਸੋਮਾ ਸਰ ਐਸੋਸੀਏਸ਼ਨ ਟਿੱਪਰ ਟਰਾਲੀ ਐਸੋਸੀਏਸ਼ਨ ਆ, ਮੇਰੇ ਨਾਲ ਧੱਕਾ ਆਇਆ ਜੀ ਸਲੇਮ ਟਾਪਰੀ ਥਾਣੇ ਦੇ ਏਰੀਏ ਵਿੱਚ। ਮੈਂ ਉੱਥੇ ਮਨਜ਼ੂਰੀ ਲੈ ਕੇ ਮੈਨ ਵਿਭਾਗ ਤੋਂ ਬੇਸਮੈਂਟ ਪੱਟ ਰਿਹਾ ਸੀ, ਮੇਰੇ ਕੋਲ 3 ਤਰੀਕ ਦੀ ਮਨਜ਼ੂਰੀ ਸੀ, 3 ਤਰੀਕ ਤੱਕ ਦੀ, ਅਤੇ 6ਵੇਂ ਮਹੀਨੇ ਦੀ 3 ਤੋਂ ਲੈ ਕੇ 8ਵੇਂ ਮਹੀਨੇ 3 ਤਰੀਕ ਤੱਕ। ਕਿੰਨੇ ਫੁੱਟ ਤੱਕ ਹੈ ਜੀ? ਕਿੰਨੇ ਫੁੱਟ ਤੱਕ? ਉਹ ਮਨਜ਼ੂਰੀ ਜਿਹੜੀ ਹੈਗੀ ਜੋ ਸਾਰੀ ਉਹਦੇ ਮਨਜ਼ੂਰੀ ਉੱਤੇ ਲਿਖਿਆ ਉਹ ਤੁਹਾਨੂੰ ਦੇ ਦਾਂਗੇ। ਠੀਕ ਹੈ ਜੀ, ਉਹ ਤੁਹਾਨੂੰ ਸਾਰਾ ਦੇ ਦਾਂਗੇ, ਇੰਗਲਿਸ਼ ਵਿੱਚ ਮੈਟਰ ਆ ਉਹ ਸਾਰਾ। ਅਤੇ ਸਾਨੂੰ 10 ਦਿਨ ਪਹਿਲਾਂ ਰੋਕਿਆ, ਰਾਤ ਨੂੰ ਬੰਦੇ ਨੇ ਕਹਿੰਦੇ ਵੀ ਤੁਸੀਂ ਨਜਾਇਜ਼ ਮੈਨਿੰਗ ਕਰਦੇ ਹੋ। ਅਸੀਂ ਕਿਹਾ ਜੀ ਨਜਾਇਜ਼ ਮੈਨਿੰਗ ਕਰਦੇ ਹਾਂ, ਮੈਨਿੰਗ ਭਾਵ ਆ ਗਏ ਸਾਡੇ 'ਤੇ ਪਰਚਾ ਦੇ ਦੇਵੇ, ਸਾਨੂੰ ਚਲਾਣ ਕਰ ਦੇਵੇ। ਉਹ ਕਹਿੰਦੇ ਨਹੀਂ, ਕਹਿੰਦੇ ਵੀ ਤੁਸੀਂ ਸਾਡੇ ਨਾਲ ਗੱਲ ਕਰੋ, ਸਾਨੂੰ ਪੈਸੇ ਦਿਓ, ਜਦੋਂ ਮਰਜ਼ੀ ਚਲਾਇਓ ਟਰੈਕਟਰ। ਅਸੀਂ ਕਿਹਾ ਸਾਡੇ ਕੋਲ ਤਾਂ ਹੈ ਨਹੀਂ, ਅਸੀਂ ਤੁਹਾਨੂੰ ਪੈਸੇ ਦੇਣੇ ਨਹੀਂ, ਕੌਣ ਹੋ ਤੁਸੀਂ? ਉਹਨਾਂ ਨੇ ਸਾਡੇ ਟਰੈਕਟਰ ਫੜੇ, ਸਲੇਮ ਟਾਪਰੀ ਲਾਤੇ ਥਾਣੇ ਵਿੱਚ। ਸਾਡੀ ਪੁਲਿਸ ਵਾਲਿਆਂ ਨੇ ਬਹੁਤ ਮਦਦ ਕੀਤੀ, ਉਹਨਾਂ ਦੂਜੇ ਦਿਨ ਸਾਡੇ ਮੈਨ ਵਿਭਾਗ ਤੋਂ ਇਨਕੁਆਇਰੀ ਕਰਕੇ ਸਾਡੇ ਟਰੈਕਟਰ ਛੱਡ ਦਿੱਤੇ। ਤੁਸੀਂ ਉਹ ਬੰਦਿਆਂ ਨੂੰ ਜਾਣਦੇ ਹੋ? ਜਿਹੜੇ ਬੰਦਿਆਂ ਨੂੰ ਸਰ ਅਸੀਂ ਕਿੱਥੇ ਜਾਣਦੇ ਹਾਂ ਜੀ, ਅਨਨੋਨ ਬੰਦੇ ਨੇ। ਸਰਕਾਰੀ ਮੁਲਾਜ਼ਮ ਸਰ? ਉਹ ਕਹਿੰਦੇ ਸਰਕਾਰੀ ਆ ਵੀ ਅਸੀਂ ਮੈਨ ਵਿਭਾਗ ਵੱਲੋਂ ਹਾਂ, ਪਰ ਸਾਨੂੰ ਨਹੀਂ ਪਤਾ ਕੌਣ ਨੇ ਉਹ। ਇਹ ਅਸੀਂ ਇਨਕੁਆ ਅੰਦਰ ਦਿੱਤਾ ਵੀ ਉਹਨਾਂ ਨੂੰ ਪਤਾ ਕੀਤਾ ਸਰਕਾਰੀ ਜਾਂ ਕੌਣ ਨੇ, ਕਿਹਦੇ ਬੰਦੇ ਨੇ? ਸਰਕਾਰੀ ਡਿਪਾਰਟਮੈਂਟ ਦਾ ਨਾਮ ਲੈ ਕੇ ਬਲੈਕਮੇਲ ਕਰ ਰਹੇ ਤੁਹਾਨੂੰ? ਸਾਨੂੰ ਤਾਂ ਇਹੀ ਲੱਗਦਾ ਬਲੈਕਮੇਲ ਹੋ ਰਿਹਾ ਸੀ। ਉਸ ਤੋਂ 1 ਤਰੀਕ ਨੂੰ ਫਿਰ ਸਾਡੇ ਟਰੈਕਟਰ ਰੋਕੇ, ਮੈਨੂੰ ਕਹਿੰਦੇ ਵੀ ਤੇਰੇ ਟਰੈਕਟਰ ਛੱਡ ਤੇ, ਮੈਂ ਹੀ ਮੇਰੇ ਟਰੈਕਟਰ ਛੱਡ ਤੇ, ਮੈਂ ਕੰਮ ਕਰ ਰਿਹਾ। ਕਹਿੰਦੇ ਠੀਕ ਆ, ਕੰਮ ਕਰੋ। 2 ਤਰੀਕ ਨੂੰ ਫਿਰ ਰਾਤ ਨੂੰ 2 ਵਜੇ ਆ ਗਏ 3 ਗੱਡੀਆਂ, 15 ਬੰਦੇ ਸੀਗੇ, ਆ ਕੇ ਟਰੈਕਟਰ ਰੋਕ ਲਏ। ਕਹਿੰਦੇ ਅਸੀਂ ਕੰਮ ਨਹੀਂ ਚੱਲਣ ਦੇਣਾ, ਸਾਡੇ ਨਾਲ ਗੱਲ ਕਰੋ। ਹਥਿਆਰ ਤੁਰ ਲੈ ਕੇ ਆਉਂਦੇ? ਕਿੱਦਾਂ ਆਉਂਦੇ ਆ? ਹਥਿਆਰ ਉਹਨਾਂ ਕੋਲ ਹੁੰਦੇ ਆ ਜੀ, ਬੇਸਬਾਲ ਵਗੈਰਾ, ਡਾਕੂ ਡੁਕੇ ਹੁੰਦੇ ਆ। ਹੋਰ ਜਿੱਦਣ ਪਹਿਲੇ ਦਿਨ ਸਾਨੂੰ ਰੋਕਿਆ ਉਹਦੇ 40 ਬੰਦੇ ਸੀ, 7 ਗੱਡੀਆਂ ਸੀ, ਉੱਦਣ ਉਹਨਾਂ ਕੋਲ ਅਸਲਾ ਵੀ ਸੀਗਾ ਜੀ। ਸਾਡੇ ਮੁੰਡਿਆਂ ਨੇ ਦੇਖਿਆ ਡਰਾਈਵਰ, ਅਸੀਂ ਤਾਂ ਮੌਕੇ 'ਤੇ ਹੁੰਦੇ ਨਹੀਂ। ਕਿੰਨੇ ਕੁ ਸਮੇਂ ਤੁਹਾਨੂੰ ਪਰੇਸ਼ਾਨ ਕਰਿਆ ਪਿਛਲੇ? ਕਿੰਨੇ ਕੁ ਸਮੇਂ ਤੋਂ? ਸਾਨੂੰ ਆਹੀ 15 ਦਿਨ ਤੋਂ ਪਰੇਸ਼ਾਨ ਕਰ ਰਿਹਾ। ਸਾਡੇ ਕੋਲ ਜੋ ਮਨਜ਼ੂਰੀ ਸੀ ਉਹਦਾ ਟਾਈਮ ਵੀ ਲੰਘ ਗਿਆ, ਕੰਮ ਸਾਡਾ ਵਿੱਚ ਪਿਆ।
ਫੈਕਟਰੀ ਵਾਲੇ ਸਾਨੂੰ ਕਹਿੰਦੇ ਵੀ ਸਾਡਾ ਕੰਮ ਪੂਰਾ ਕਰਕੇ ਦਿਓ, ਪੇਮੈਂਟ ਦਾ ਦਵਾਂਗੇ। ਮੰਗ ਕੀ ਕਰਦੇ ਹੋ ਪ੍ਰਸ਼ਾਸਨ ਕੋਲ? ਅਸੀਂ ਸਾਡਾ ਜੀ ਇਨਸਾਫ ਹੋਵੇ। ਸਰ ਨੇ ਸਾਨੂੰ ਬਹੁਤ ਵਧੀਆ ਜੀ ਸਾਨੂੰ ਕਿਹਾ ਅਸੀਂ ਵੀ ਪਤਾ ਕਰਦੇ ਹਾਂ, ਇਨਕੁਆਇਰੀ ਕਰਾਂਗੇ ਅਗਰ ਅਸੀਂ ਬਿਨਾਂ ਮਨਜ਼ੂਰੀ ਤੋਂ। ਇੱਕ ਹੋਰ ਗੱਲ ਦੱਸਦਾ, ਸਾਨੂੰ ਪੁਲਿਸ ਨੇ ਲਿਖ ਕੇ ਦਿੱਤਾ ਵੀ ਇਹਨਾਂ ਦੀ ਜਿਹੜੀ ਮਨਜ਼ੂਰੀ ਲੀਗਲ ਆ ਇਹਨਾਂ ਨੂੰ ਕੰਮ ਕਰ, ਉਹ ਵੀ ਸਾਡੇ ਤੋਂ ਮਨਜ਼ੂਰੀ ਮੇਰੇ ਤੋਂ ਧੱਕੇ ਨਾਲ ਫੜ ਕੇ ਲੈ ਗਏ ਅਤੇ ਫੈਕਟਰੀ ਸਾਹਮਣੇ ਕੈਮਰਾ ਲੱਗਿਆ ਸੀ, ਮੈਨੂੰ ਬੰਦੇ ਫੜ ਕੇ ਕੈਮਰੇ ਤੋਂ ਪਰੇ ਲਿਜਾ ਕੇ ਮੈਨੂੰ ਕੁੱਟਮਾਰ ਕੀਤੀ ਅਤੇ ਫਿਰ ਉਹਨਾਂ ਨੇ, ਫਿਰ ਮੈਂ ਉਹਨਾਂ ਦੀ ਗੱਡੀ ਮੂਹਰੇ ਵੀ ਪਿਆ ਵੀ ਯਾਰ ਤੁਸੀਂ ਮੇਰੀ ਮਨਜ਼ੂਰੀ ਤਾਂ ਦੇ ਜਾਓ, ਤੁਸੀਂ ਮਹਿਕਮੇ ਨੂੰ ਬੁਲਾਇਆ ਵਾ ਕੱਲ੍ਹ ਨੂੰ, ਮੈਂ ਹੁਣ ਅਸੀਂ ਗੇਟ ਕੰਮ ਕਰਾਂਗੇ, ਮਹਿਕਮੇ ਵਾਲੇ ਮਨਜ਼ੂਰੀ ਤੁਸੀਂ ਲੈ ਗਏ। ਉਹ ਜੀ ਮਤਲਬ ਸਾਡੇ ਟਰੈਕਟਰ ਉਹਨਾਂ ਨੇ ਸਲੇਮ ਟਾਵਰੀਓਂ ਫੜ ਕੇ ਏਰੀਏ 'ਚੋਂ ਲੋਡ ਵਾਲ ਕਢਾ ਗਏ, ਉਹ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਟਰੈਕਟਰ ਨਹੀਂ ਸਾਹਮਣੇ। ਫਿਰ ਅਸੀਂ ਪੁਲਿਸ ਨੂੰ ਫੋਨ ਕੀਤਾ ਸਲੇਮ ਟਾਵਰੀ ਨੂੰ ਵੀ ਸਾਡਾ ਨਾਂ ਵਾਕਿਆ ਹੋ ਗਿਆ, ਉਹਨਾਂ ਨੇ ਸਾਡੀ ਮਦਦ ਕੀਤੀ। ਉਹ ਫਿਰ ਲੋਡੂਵਾਲ ਥਾਣੇ ਕਿਹਾ ਗਿਆ ਵੀ ਆ ਟਰੈਕਟਰਾਂ ਦੀ ਤੂੰ ਜ਼ਿੰਮੇਵਾਰ ਕਿਉਂ, ਉਹ ਬੰਦਾ ਉੱਥੇ ਉੱਤੇ ਬਿਠਾਇਆ ਸੀ ਉਹਨੇ, ਉਹ ਬੰਦੇ ਨੂੰ ਅੰਦਰ ਕਰਤਾ ਪਰ ਦੂਜੇ ਦਿਨ ਉਹ ਬੰਦੇ ਨੂੰ ਛੱਡ ਦਿੱਤਾ ਗਿਆ। ਸਾਡੇ ਇਨਸਾਫ ਦੀ ਮੰਗ ਕਰਦੇ ਸੀ, ਇਨਸਾਫ ਹੀ, ਅਸੀਂ ਤਾਂ ਕਾਰੋਬਾਰ ਮਜ਼ਦੂਰ ਬੰਦੇ ਹਾਂ, ਮਿਹਨਤ ਕਰਦੇ ਹਾਂ, ਸਾਨੂੰ ਕੰਮ ਕਰਨ ਦਿੱਤਾ ਜਾਵੇ, ਅਸੀਂ ਮਨਜ਼ੂਰੀ ਲੈ ਕੇ ਕੰਮ ਕਰਾਂਗੇ। ਅਗਰ ਸਾਡੇ ਕੋਲ ਮਨਜ਼ੂਰੀ ਨਹੀਂ ਹੈਗੀ, ਮੈਨੂੰ ਭਾਗ ਆ ਗਏ ਸਾਡੇ 'ਤੇ ਪਰਚਾ ਦੇਵੇ, ਸਾਡੇ ਤੋਂ ਜੁਰਮਾਨਾ ਦੇਵੇ ਲਵੇ, ਜੋ ਵੀ ਸਾਡੇ 'ਤੇ ਕਾਰਵਾਈ ਹੋਵੇ। ਅਨਨੋਨ ਬੰਦੇ ਜਾਣ ਦੀ, ਜਿਹੜੇ ਬੰਦੇ ਮਹਿਕਮੇ ਦੇ ਨਹੀਂ ਹਨ ਉਹ ਸਾਨੂੰ ਹੱਥ ਨਾ ਪਾਉਣੇ। ਮੇਰਾ ਨਾਮ ਪਲਵਿੰਦਰ ਸਿੰਘ ਹੈ ਜੀ। ਅਸੀਂ ਆਮ ਇੱਕ ਛੋਟੇ ਜ਼ਿਮੀਂਦਾਰ ਹੋਣ ਦੇ ਨਾਂ 'ਤੇ ਆਪਣੇ ਟਰਾਲੀਆਂ ਦਾ, ਮਿੱਟੀ ਦਾ ਕੰਮ ਕਰਦੇ ਹਾਂ ਜੀ। ਜਦੋਂ ਮਿੱਟੀ ਅਸੀਂ ਲਿਆ ਕੇ ਅਤੇ ਇਹ ਕੁਛ ਗੁੰਡੇ ਟਾਈਪ ਬੰਦੇ ਆ ਜੀ, ਇਹਨਾਂ ਕੋਲ 3 ਗੱਡੀਆਂ ਜੀ, ਇਹਨਾਂ ਕੋਲ 15-20 ਬੰਦੇ ਆ ਜੀ। ਇਹ ਆਮ ਮਿੱਟੀ ਟਰਾਲੀ ਮਿੱਟੀ ਵਾਲਿਆਂ ਤੋਂ ਜਾਂ ਰੇਤੀ ਵਾਲਿਆਂ ਤੋਂ ਗੁੰਡਾ ਟੈਕਸ ਵਸੂਲ ਰਹੇ ਆ। ਇਹ ਕਿਸੇ ਡਿਪਾਰਟਮੈਂਟ ਦੇ ਬੰਦੇ ਨਹੀਂ ਜੀ, ਕਿਸੇ ਚੀਜ਼ ਕਿਸੇ ਕੋਈ ਮਤਬਲ ਨਹੀਂ ਇਹਨਾਂ ਦਾ ਜੀ। ਇੱਕ ਗੁੰਡੇ ਹੈਗੇ ਜੀ ਤਕਰੀਬਨ 18-20 ਜਣੇ, 3 ਗੱਡੀਆਂ ਜੀ ਇਹਨਾਂ ਕੋਲ। ਇਹਨਾਂ ਦਾ ਕੰਮ ਕੀ ਆ ਜੀ, ਕੋਈ ਆਮ ਇੱਕ ਟਰਾਲੀ ਵਾਲਾ ਰੋਕਿਆ, ਚਪੇੜਾਂ ਮਾਰੀਆਂ ਜੀ, ਕਹਿੰਦੇ ਚੱਲ ਥਾਣੇ ਵੀ ਤੇਰੇ ਕੋਲ ਪਰਚੇ ਹੈ ਨਹੀਂ, ਮੌਕੇ 'ਤੇ ਪਰਚੇ ਕੋਈ ਵੀ ਇੱਦਾਂ ਦਾ ਡਾਕੂਮੈਂਟ ਟਰਾਲੀ ਵਾਲੇ ਕੋਲ ਨਹੀਂ ਹੁੰਦੇ। ਇਹ ਫੜ ਕੇ ਜ਼ਬਰਦਸਤੀ ਥਾਣੇ ਲੈ ਜਾਂਦੇ ਆ, ਨਾਲੇ ਕੁੱਟਦੇ ਆ, ਪੈਸੇ ਦੀ ਮੰਗ ਕਰਦੇ ਆ ਜੀ। ਇੱਕ ਟਰਾਲੀ ਵਾਲੇ ਤੋਂ 25,000 ਰੁਪਏ ਦੀ ਮੰਗ ਕਰਦੇ ਆ। ਅਸੀਂ ਇਹ ਮੰਗ ਕਰਦੇ ਕਿ ਵੀ ਇਹ ਜਿਹੜੇ ਗੁੰਡੇ ਆ, ਇਹ ਗੁੰਡਾ ਡਿਪਾਰਟਮੈਂਟ ਦੇ ਬੰਦੇ ਆ, ਇਹ ਕਿਸੇ ਡਿਪਾਰਟਮੈਂਟ ਦੇ ਬੰਦੇ ਨੇ ਜੀ, ਇਹ ਗੁੰਡਾ ਟਾਈਪ ਬੰਦੇ ਆ ਜੀ, ਗੁੰਡੇ ਆ ਇਹ ਜੀ। ਅਤੇ ਇਹ ਆਮ ਪਬਲਿਕ ਨੂੰ ਪਰੇਸ਼ਾਨ ਕਰ ਰਹੇ ਆ ਜੀ। ਅਸੀਂ MLA ਵਾਲਿਆਂ ਕੋਲ ਜਾਏ ਵੀ ਹੋਰ ਵੀ ਜਾਏ, ਇਹਨਾਂ ਨੂੰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਅੱਜ ਅਸੀਂ ਕਮਿਸ਼ਨਰ ਆਮ ਦਫ਼ਤਰ ਆਏ ਹਾਂ ਜੀ, ਅਤੇ ਅਸੀਂ ਇਹਨਾਂ ਨੂੰ ਸਾਨੂੰ ਭਰੋਸਾ ਦਿੱਤਾ ਵੀ ਇਹਨਾਂ ਨੂੰ ਜਲਦ ਜਲਦ ਫੜ ਕੇ ਇਹਨਾਂ ਦੇ ਪਰਚੇ ਦਿੱਤੇ ਜਾਣਗੇ 18-20 ਬੰਦਿਆਂ ਦੇ ਵਿੱਚ ਉਹਨਾਂ ਉੱਪਰ, ਅਤੇ ਸਾਨੂੰ ਵਿਸ਼ਵਾਸ ਦਿੱਤਾ ਜੀ ਇਹਨਾਂ ਨੇ। ਹਾਂ, ਟਿੱਪਰ ਐਸੋਸੀਏਸ਼ਨ ਵਾਲਿਆਂ ਨੇ ਮੰਗ ਪੱਤਰ ਦਿੱਤਾ ਕਿ ਅਸੀਂ, ਸਾਨੂੰ ਪਰਮਿਸ਼ਨ ਹੈਗੀ ਹੈ ਮਿੱਟੀ ਚੁੱਕ ਕੇ ਫੈਕਟਰੀ 'ਚ ਪਾਉਣ ਦੀ, ਮਾਈਨਿੰਗ ਦੀ ਪਰਮਿਸ਼ਨ ਹੈਗੀ ਹੈ, ਪਰ ਕੁਛ ਇੰਪੋਸਟਰ ਲੋਕ ਨੇ, ਕੋਈ ਅਣਪਛਾਤੇ ਵਿਅਕਤੀ ਨੇ, ਕੁਛ ਵੀਡੀਓਜ਼ ਵੀ ਹੈਗੀਆਂ ਉਹਨਾਂ ਦੀਆਂ ਜਿਹੜੇ ਕਿ ਇਹਨਾਂ ਨੂੰ ਰੋਕ ਰਹੇ ਨੇ, ਪਰੇਸ਼ਾਨ ਕਰ ਰਹੇ ਨੇ ਕਿ ਤੁਹਾਡੇ ਕੋਈ ਪਰਮਿਸ਼ਨ ਨਹੀਂ ਹੈ ਅਤੇ ਅਸੀਂ ਡਿਪਾਰਟਮੈਂਟ ਦੇ ਬੰਦੇ ਹਾਂ ਅਤੇ ਸਾਨੂੰ ਆਪਣਾ ਇਹ ਸੀਜ਼ ਕਰ ਰਹੇ ਨੇ ਟਰੈਕਟਰ ਕਰਕੇ ਅਤੇ ਥਾਣੇ ਦੇ ਵਿੱਚ ਲਵਾ ਦੇ ਨੇ। ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਪੂਰੇ ਮੈਟਰ ਦੇ, ਆਈ ਹੈਵ ਸਪੋਕਨ ਟੂ ਦਾ ਐਕਸੀਅਨ ਮਾਈਨਿੰਗ ਆਲਸੋ ਕਿ ਇਹਨੂੰ ਪੂਰਾ ਇਨਵੈਸਟੀਗੇਟ ਕਰਨ, ਗੱਡੀਆਂ ਦੇ 2 ਨੰਬਰ ਸਾਡੇ ਸਾਹਮਣੇ ਆਏ ਨੇ ਅਤੇ ਕਮਿਸ਼ਨਰ ਪੁਲਿਸ ਸਾਹਿਬ ਨੂੰ ਵੀ ਸਾਰਾ ਅਸੀਂ ਇਨਫੋਰਮੇਸ਼ਨ ਦੇ ਰਹੇ ਕਿ ਇਨਵੈਸਟੀਗੇਟ ਕਰਕੇ, ਜੇ ਇਹ ਸਾਡੇ ਡਿਪਾਰਟਮੈਂਟ ਦੇ ਬੰਦੇ ਨਹੀਂ ਨੇ, ਪ੍ਰਾਈਵੇਟ ਬੰਦੇ ਅਸੀਂ ਕੋਈ ਹਾਇਰ ਨਹੀਂ ਕੀਤੇ ਦੇ ਇਸ ਕੰਮ ਲਈ, ਅਤੇ ਇਹਨਾਂ 'ਤੇ ਪਰਚਾ ਕੀਤਾ ਜਾਣਾ ਚਾਹੀਦਾ, ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ, FIR ਹੋਣੀ ਚਾਹੀਦੀ ਹੈ। ਬਿਲਕੁਲ FIR ਕੀਤੀ ਜਾਏਗੀ, ਠੀਕ ਹੈ, ਗੱਡੀ ਨੰਬਰ ਸਾਨੂੰ ਮਿਲ ਗਿਆ, ਬੰਦੇ ਲੱਭ ਕੇ ਅਸੀਂ FIR ਕਰਾਂਗੇ।